ਸੁਸ਼ੀਲ ਕੁਮਾਰ ਰਿੰਕੂ ਨੇ, ਮੌਜੂਦਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ। ਪਰ ਅੱਜ ਕੱਲ੍ਹ ਕਹਿੰਦੇ ਨਾ ਜੀ, ਜਦੋਂ ਕਿਸੇ ਨੂੰ ਵੀ ਲੀਡਰ ਨੂੰ ਮਿਲਣਾ ਪੈਂਦਾ ਤਾਂ ਉਹਦੀ ਪਾਰਟੀ ਜ਼ਰੂਰ ਪੁੱਛਣੀ ਪੈਂਦੀ ਹੈ। ਤੁਸੀਂ ਤਾਂ ਉਮੀਦਵਾਰ ਵੀ ਹੋ ਆਮ ਆਦਮੀ ਪਾਰਟੀ ਦੇ, ਫਿਰ ਵੀ ਤੁਹਾਨੂੰ ਪੁੱਛਣਾ ਪੈ ਰਿਹਾ, ਐਸੀ ਨੌਬਤ ਕਿਉਂ ਆਈ? ਹੋਰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਨਵਿੰਦਰ ਜੀ, ਕਾਫੀ ਅਰਸੇ ਬਾਅਦ ਅਸੀਂ ਅੱਜ ਮਿਲੇ ਹਾਂ ਤਾਂ ਬੜਾ ਚੰਗਾ ਲੱਗ ਰਿਹਾ। ਤਾਂ ਜਿਹੜਾ ਪਿਛਲੇ ਦਿਨੀ ਇੱਕ ਬੜਾ ਚਰਚਾ ਦਾ ਵਿਸ਼ਾ ਬਣਾ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਰਿਹਾ, ਤਾਂ ਮੈਂ ਸਮਝਦਾ ਕਿ ਕੁਛ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਸ਼ਾਇਦ ਮੇਰੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨਾਲ ਸ਼ਾਇਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ, ਕੋਈ ਤਕਲੀਫ ਹੈ, ਜਿਨ੍ਹਾਂ ਨੇ ਇਹੋ ਜਿਹੀਆਂ ਅਫਵਾਹਾਂ ਫੈਲਾਈਆਂ ਔਰ ਹਾਈ ਕਮਾਂਡ ਨੇ ਇਹਦਾ ਬੜਾ ਸੰਗਿਆਨ ਲਿਆ ਔਰ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਝਾੜਿਆ ਵੀ, ਡਾਂਟਿਆ ਵੀ, ਔਰ ਪੂਰਾ ਵਿਸ਼ਵਾਸ ਹੈ ਜਿਹੜਾ ਉਹਨਾਂ ਨੇ ਮੇਰੇ 'ਤੇ ਜਿਤਾਇਆ, ਔਰ ਮੈਂ ਆਪਣੀ ਪਾਰਟੀ ਦੇ ਵਿੱਚ ਪੂਰਾ ਡਟ ਕੇ ਖੜਾ ਔਰ ਅਸੀਂ ਚੋਣ ਵੀ ਜਿਹੜੀ ਆਉਣ ਵਾਲੀ ਡਟ ਕੇ। ਤੁਹਾਡੀਆਂ ਗੱਲਾਂ ਬਾਤਾਂ ਦੇ ਇਸ਼ਾਰੇ ਕਹਿੰਦੇ ਆ ਕਿ ਕਿਤੇ ਨਾ ਕਿਤੇ ਗੜਬੜ ਕਿਤੇ ਅੰਦਰ ਹੀ ਲੱਗੀ ਤੁਹਾਨੂੰ, ਕਿ ਰੌਲਾ ਕਿਤੋਂ ਅੰਦਰੋਂ ਹੀ ਪਿਆ? ਦੇਖੋ, ਕੁਛ ਸਾਹਮਣੇ ਬੀਜੇਪੀ ਵਾਲੇ ਵੀ ਸੀਗੇ, ਕੁਛ ਆਪਣੇ ਵੀ ਸੀਗੇ, ਇਹ ਰਲ ਮਿਲ ਕੇ ਇਹ ਚੀਜ਼ਾਂ ਪਲਾਂਟ ਕੀਤੀਆਂ ਗਈਆਂ ਤਾਂ ਕਿ ਮੇਰੀ ਛਵੀ ਨੂੰ ਜਿਹੜਾ ਉਹ ਜਿਹੜਾ ਬਲਰ ਕੀਤਾ ਜਾਵੇ, ਕਿਉਂਕਿ ਪਿਛਲੇ ਤਕਰੀਬ 10 ਮਹੀਨੇ ਲਗਾਤਾਰ ਜਿਹੜਾ ਪਾਰਟੀ ਨੇ ਮਾਣ ਬਖਸ਼ਿਆ, ਮੈਂਬਰ ਪਾਰਲੀਮੈਂਟ ਬਣਾਇਆ ਔਰ ਮੇਰੀ ਹਰ ਸੰਭਵ ਕੋਸ਼ਿਸ਼ ਸੀ ਕਿ ਮੈਂ ਆਪਣੇ ਹਲਕੇ ਦੇ ਔਰ ਜਿਹੜੇ ਪੰਜਾਬ ਦੇ ਨਾਲ ਜਿਹੜੇ ਪੱਖ ਦੇ ਮੁੱਦੇ ਆ ਉਹਨਾਂ ਦੀ ਗੱਲ ਹੈ ਜਿਹੜੀ ਲੋਕ ਸਭਾ ਦੇ ਵਿੱਚ ਚੁੱਕਦਾ ਰਹਾਂ ਔਰ ਕਰੀਬ ਹਰ ਸੈਸ਼ਨ ਦੇ ਵਿੱਚ ਡਟ ਕੇ ਪੰਜਾਬ ਦੀ ਆਵਾਜ਼ ਵੀ ਉਠਾਈ ਹੈ ਔਰ ਆਵਾਜ਼ ਉਠਾਉਣ ਦੇ ਬਦਲੇ ਸਜ਼ਾ ਵੀ ਝੱਲੀ ਹੈ, 2 ਵਾਰ ਸਸਪੈਂਡ ਹੋਇਆ। ਸੋ ਹਮੇਸ਼ਾ ਪੰਜਾਬ ਦੇ ਨਾਲ ਹਾਂ ਔਰ ਪੰਜਾਬ ਦੀ ਗੱਲ ਕਰਦੇ ਰਹਾਂਗੇ। ਰਿੰਕੂ ਜੀ, ਸੁਸ਼ੀਲ ਕੁਮਾਰ ਰਿੰਕੂ ਨੇ, ਮੌਜੂਦਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ। ਪਰ ਅੱਜ ਕੱਲ੍ਹ ਕਹਿੰਦੇ ਨਾ ਜੀ, ਜਦੋਂ ਕਿਸੇ ਨੂੰ ਵੀ ਲੀਡਰ ਨੂੰ ਮਿਲਣਾ ਪੈਂਦਾ ਤਾਂ ਉਹਦੀ ਪਾਰਟੀ ਜ਼ਰੂਰ ਪੁੱਛਣੀ ਪੈਂਦੀ ਹੈ। ਤੁਸੀਂ ਤਾਂ ਉਮੀਦਵਾਰ ਵੀ ਹੋ ਆਮ ਆਦਮੀ ਪਾਰਟੀ ਦੇ, ਫਿਰ ਵੀ ਤੁਹਾਨੂੰ ਪੁੱਛਣਾ ਪੈ ਰਿਹਾ, ਐਸੀ ਨੌਬਤ ਕਿਉਂ ਆਈ? ਹੋਰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਨਵਿੰਦਰ ਜੀ, ਕਾਫੀ ਅਰਸੇ ਬਾਅਦ ਅਸੀਂ ਅੱਜ ਮਿਲੇ ਹਾਂ ਤਾਂ ਬੜਾ ਚੰਗਾ ਲੱਗ ਰਿਹਾ। ਤਾਂ ਜਿਹੜਾ ਪਿਛਲੇ ਦਿਨੀ ਇੱਕ ਬੜਾ ਚਰਚਾ ਦਾ ਵਿਸ਼ਾ ਬਣਾ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਰਿਹਾ, ਤਾਂ ਮੈਂ ਸਮਝਦਾ ਕਿ ਕੁਛ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਸ਼ਾਇਦ ਮੇਰੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨਾਲ ਸ਼ਾਇਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ, ਕੋਈ ਤਕਲੀਫ ਹੈ, ਜਿਨ੍ਹਾਂ ਨੇ ਇਹੋ ਜਿਹੀਆਂ ਅਫਵਾਹਾਂ ਫੈਲਾਈਆਂ ਔਰ ਹਾਈ ਕਮਾਂਡ ਨੇ ਇਹਦਾ ਬੜਾ ਸੰਗਿਆਨ ਲਿਆ ਔਰ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਝਾੜਿਆ ਵੀ, ਡਾਂਟਿਆ ਵੀ, ਔਰ ਪੂਰਾ ਵਿਸ਼ਵਾਸ ਹੈ ਜਿਹੜਾ ਉਹਨਾਂ ਨੇ ਮੇਰੇ 'ਤੇ ਜਿਤਾਇਆ ਔਰ ਮੈਂ ਆਪਣੀ ਪਾਰਟੀ ਦੇ ਵਿੱਚ ਪੂਰਾ ਡਟ ਕੇ ਖੜਾ ਔਰ ਅਸੀਂ ਚੋਣ ਵੀ ਜਿਹੜੀ ਆਉਣ ਵਾਲੀ ਡਟ ਕੇ। ਤੁਹਾਡੀਆਂ ਗੱਲਾਂ ਬਾਤਾਂ ਦੇ ਇਸ਼ਾਰੇ ਕਹਿੰਦੇ ਆ ਕਿ ਕਿਤੇ ਨਾ ਕਿਤੇ ਗੜਬੜ ਕਿਤੇ ਅੰਦਰ ਹੀ ਲੱਗੀ ਤੁਹਾਨੂੰ, ਕਿ ਰੌਲਾ ਕਿਤੋਂ ਅੰਦਰੋਂ ਹੀ ਪਿਆ? ਦੇਖੋ, ਕੁਛ ਸਾਹਮਣੇ ਬੀਜੇਪੀ ਵਾਲੇ ਵੀ ਸੀਗੇ, ਕੁਛ ਆਪਣੇ ਵੀ ਸੀਗੇ, ਇਹ ਰਲ ਮਿਲ ਕੇ ਇਹ ਚੀਜ਼ਾਂ ਪਲਾਂਟ ਕੀਤੀਆਂ ਗਈਆਂ ਤਾਂ ਕਿ ਮੇਰੀ ਛਵੀ ਨੂੰ ਜਿਹੜਾ ਉਹ ਜਿਹੜਾ ਬਲਰ ਕੀਤਾ ਜਾਵੇ, ਕਿਉਂਕਿ ਪਿਛਲੇ ਤਕਰੀਬ 10 ਮਹੀਨੇ ਲਗਾਤਾਰ ਜਿਹੜਾ ਪਾਰਟੀ ਨੇ ਮਾਣ ਬਖਸ਼ਿਆ, ਮੈਂਬਰ ਪਾਰਲੀਮੈਂਟ ਬਣਾਇਆ ਔਰ ਮੇਰੀ ਹਰ ਸੰਭਵ ਕੋਸ਼ਿਸ਼ ਸੀ ਕਿ ਮੈਂ ਆਪਣੇ ਹਲਕੇ ਦੇ ਔਰ ਜਿਹੜੇ ਪੰਜਾਬ ਦੇ ਨਾਲ ਜਿਹੜੇ ਪੱਖ ਦੇ ਮੁੱਦੇ ਆ ਉਹਨਾਂ ਦੀ ਗੱਲ ਹੈ ਜਿਹੜੀ ਲੋਕ ਸਭਾ ਦੇ ਵਿੱਚ ਚੁੱਕਦਾ ਰਹਾਂ ਔਰ ਕਰੀਬ ਹਰ ਸੈਸ਼ਨ ਦੇ ਵਿੱਚ
ਡਟ ਕੇ ਪੰਜਾਬ ਦੀ ਆਵਾਜ਼ ਵੀ ਉਠਾਈ ਹੈ ਔਰ ਆਵਾਜ਼ ਉਠਾਉਣ ਦੇ ਬਦਲੇ ਸਜ਼ਾ ਵੀ ਝੱਲੀ ਹੈ, ਦੋ ਵਾਰ ਸਸਪੈਂਡ ਹੋਇਆ। ਸੋ ਹਮੇਸ਼ਾ ਪੰਜਾਬ ਦੇ ਨਾਲ ਹਾਂ ਔਰ ਪੰਜਾਬ ਦੀ ਗੱਲ ਕਰਦੇ ਰਹਾਂਗੇ।